ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇ ਨਾਲ ਸਾਡਾ ਨਾਂ ਕੀ ਜੀ ਕਾਜਲ ਕਿੰਨੇ ਚਿਰ ਦਾ ਵਿਆਹ ਨੂੰ ਜੀ 3 ਸਾਲ 3 ਸਾਲ ਵਿਆਹ ਨੂੰ ਹੋਇਆ ਕੀ ਗੱਲ ਕੀ ਹੋਈ ਜੀ ਤੁਹਾਡੀ ਅਸੀਂ ਜੇ ਖਾਸਾ ਦਿਨ ਦੇ ਨਾਂ ਹਾਂ ਜਿਸ ਨਹੀਂ ਹੁੰਦੀ ਹੈ ਤੇ ਥਾਣੀ ਕੁੜਦੀ ਹੈ ਤੇ ਕੰਡੀ ਹੈ ਕਿ ਤਾਂ ਪਿਓ ਨੂੰ ਮਾਰਨਾ ਪੇਟੀ ਕੇ ਮਾਰ ਉਹਦਾ ਕੀ ਤੈਨੂੰ ਮਾਰ ਦੇਣਾ ਵਾ मेनू कातों मार दी है हथा ने हलार देखो हाथ से की हलार हो हथा ने हलार देखो जी ਕਿਵੇਂ ਮਾਰਿਆ ਕੁੱਟਿਆ ਆ ਦੇਖੋ ਜੀ ਹੱਥ ਦੇ ਆ ਦੇਖੋ ਜੀ ਸੱਟਾਂ ਲਾਈਆਂ ਹੋਈਆਂ ਦੇਖੋ ਹੱਥਾਂ ਦੇ ਆ ਦੇਖੋ ਜੀ ਕੀ ਹਾਲਾਤ ਹੈਗੇ ਹੱਥਾਂ ਦੇ ਆ ਦੇਖੋ ਜੀ ਅੱਖਾਂ ਦੇ ਦੇਖੋ ਜੀ ਰੋਣ ਦੀ ਬਜਾਈ ਵੇਖੋ ਜੀ ਬਹੁਤ ਦੁਖੀ ਹੈ ਦੇਖੋ ਜੀ ਹੁਣ ਇਹਨਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਆ ਕੌਣ ਕੀ ਨਾਂ ਕੀ ਹੈਗਾ ਉਹਨਾਂ ਦਾ ਜਿੱਤੂ ਡਾਇਆ ਪੰਮੀ ਅੱਛਾ ਜਿਹੜੀ ਪੰਮੀ ਹੈਗੀ ਉਹ ਤੁਹਾਨੂੰ ਤੰਗ ਕਰਦੀ ਵੀ ਇਹ ਕਿ ਤੂੰ ਕਰ ਇੰਜ ਕਰ ਮਗਰ ਤੈਨੂੰ ਕਢਾਣਾ ਕਿਉਂ ਜਾਂਦੀ ਹੈ ਤੇ ਇਹ ਨਾ ਘਰ ਵਾਲਾ ਨੌਕਰੀ ਦੇ ਪੈਸੇ ਮੰਗਦੇ ਪਏ ਆ ਤੇ ਤੈਨੂੰ ਨਹੀਂ ਮੈਂ ਦੇਣਾ ਅੱਛਾ ਆਪਣੇ ਕੋਲ ਮੈਂ ਰੱਖੂੰਗੀ ਕਿਉਂਕਿ ਉਹ ਕੰਮ ਨਹੀਂ ਜ਼ੋਰ ਤੁਹਾਡੇ ਕਰਦੇ ਨਾ ਨਸ਼ਾ ਪੀਂਦਾ ਵੀ ਮੈਂ ਕਿੱਥੇ ਜਾਊਂਗੀ ਉਹਨਾਂ ਨਸ਼ਾ ਉਹਨੂੰ ਘਰ ਵਾਲੇ ਕੋਲ ਕੁਲਾਂਡੇ ਬੰਡੇ ਪਵਾਂਡੇ ਆ ਘਰੇ ਬੰਡੇ ਵਾਰ ਦਿੰਦੇ ਜਿਹੜੇ ਕਹਿੰਦੇ ਸੀ ਤਿੰਨ ਕੁੱਟ ਪਵਾਉਣੀ ਨਸ਼ਾ ਪਵਾ ਖਾ ਕੇ ਮੈਨੂੰ ਜੇ ਕੁੱਟ ਪਵਾ ਦਿੰਦੇ ਆ ਗਲਤ ਕੰਮ ਵੱਲ ਧਿਆਨ ਦਿੰਦੇ ਆ ਮਰਜੀ ਉਹ ਗਲਦੇ ਆਏ ਤੇ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਤੇ ਪੁਲਿਸ ਵਾਲੇ ਨਹੀਂ ਸੁਣਾਈ ਕਰਦੇ ਪੁਲਿਸ ਵਾਲੇ ਮਿੰਨਾ ਖਾ ਰਹੇ ਆ ਕਿ ਜਿਹੜਾ ਤੇ ਖਾਚਾ ਨੇ ਗੈਪ ਕਰ ਦਿੰਦੇ ਆ ਜੀ ਦਵਾਈਆਂ ਖਵਾਟੀਆਂ ਮੈਨੂੰ ਪਹਿਲਾਂ ਦਵਾਈ ਵੀ ਖਵਾਟੀ ਪਹਿਲਾਂ ਸੈਨ ਵੀ ਕਰਵਾ ਲਿਆ ਗੁੱਸਾ ਵੀ ਮਟੇਟਾ ਮੈਂ ਸਾਰਾ ਕੁਝ ਚੁੱਕ ਕੇ ਨਹੀਂ ਕਰਦਾ ਮਗਰ ਜਦੋਂ ਸੈਨ ਕਰਾਇਆ ਉਦੋਂ ਘਰ ਦੇ ਨਾਲ ਨਹੀਂ ਹੈਗਾ ਸੀ ਕੋਈ ਨਹੀਂ ਹੈਗਾ ਸੀ ਨਾ ਮੇਰੇ ਘਰ ਦੇ ਕੋਈ ਨਾਨੀ ਸੀ ਇਹਨਾਂ ਨੇ ਮੇਰੇ ਕੋਲ ਸੈਨ ਵੀ ਕਰਵਾ ਲਿਆ ਬਾਅਦ ਗੁੱਟਾ ਮਟੇਟਾ ਮੇਰਾ ਕੋਈ ਪਰਾ ਨਾ ਰਲਿਆ ਹੋਇਆ ਉਹ ਮਿੰਨਾ ਖਾ ਰਿਹਾ ਦੋ ਮਹੀਨੇ ਤੇ ਕਹਿੰਦਾ ਸੀ ਤੈਨੂੰ ਮਾਰ ਦੇਣਾ ਸੀ ਤੁਸੀਂ ਆਪਣੀ ਮਾਂ ਦੇ ਘਰ ਜਿਵੇਂ ਆਏ ਹੋ ਆਪਣੀ ਮਾਂ ਨੂੰ ਦੱਸਿਆ ਸਭ ਕੁਝ ਤੇ ਇੱਥੇ ਥਾਣੇ ਰਿਪੋਰਟ ਨਹੀਂ ਕੀਤੀ ਫਿਰ ਨਾ ਉਹਨੇ ਆਡੀ ਸੁਣਾਈ ਕਰਦੇ ਬੜੀਆਂ ਦੇ ਖਾਸਾ ਦੇਤੀਆਂ ਮੈਂ ਅੱਕ ਡੋਕੇ ਦੇਤੀਆਂ ਹੋਰ ਮੈਨੂੰ ਇਹਨਾਂ ਕੋ ਖਤਰਾ ਵਾ ਮੈਨੂੰ ਇਹਨਾਂ ਕੋ ਬਚਾ ਲਓ ਤੇ ਇਹਨਾਂ ਨੇ ਮੈਨੂੰ ਖਤਰਾ ਮੇਰੇ ਬੱਚਿਆਂ ਨੂੰ ਖਤਰਾ ਹੈ ਕੰਨ ਨੂੰ ਮੈਨੂੰ ਦਵਾਈ ਖਵਾ ਕੇ ਕੰਨ ਮੇਰੇ ਬੱਚਿਆਂ ਨੂੰ ਵੀ ਖਵਾਣਗੇ ਇਹਨਾਂ ਕੋ ਮੇਰੇ ਬੱਚਿਆਂ ਨੂੰ ਵੀ ਬਚਾ ਮੇਰੇ ਪਰਿਵਾਰ ਨੂੰ ਖਾ ਲੈਣ ਬਚਾ ਮੇਰੇ ਬੱਚਿਆਂ ਕੋ ਮੈਂ ਉੱਤੇ ਜਾ ਕੇ ਫੇਰ ਮੈਂ ਮੰਡਰੀ ਵਾਲਿਆਂ ਕੋ ਚੱਲ ਜਾਣਾ ਤੇ ਮੇਰੇ ਸੁਣਾਈ ਕਿਤੇ ਨਹੀਂ ਉਹਨੂੰ ਮੈਂ ਡੀਐਫਸੀ ਕੋ ਪੇਸ਼ ਹੋਣਾ ਇਹ ਮੇਰੀ ਕੋਈ ਸੁਣਾਈ ਨਹੀਂ ਕਰਦੇ ਮੈਂ ਡੀਐਫਸੀ ਕੋ ਪੇਸ਼ ਹੋਣਾ ਮੈਂ ਕਹਣਾ ਇਹਨਾਂ ਦੇ ਚੜ ਚੜ ਕੇ ਮਰ ਲੱਗੀ ਡਾਇਆ ਹੋਣਾ ਦੇ ਚੜ ਚੜ ਕੇ ਬਿੱਟੂ ਹੋਣਾ ਦੇ ਚੜ ਚੜ ਕੇ ਸਾਰਿਆਂ ਨੇ ਮਰਨਾ ਮੇਰੇ ਬੱਚਿਆਂ ਵਿੱਚ ਕੁਛ ਹੋ ਗਿਆ ਜਿੱਦਾਂ ਇਹ ਹੋਣੀ ਜ਼ਿੰਮੇਵਾਰ ਸਾਰੇ ਪੰਮੀ ਹੋਣੀ ਜ਼ਿੰਮੇਵਾਰ ਇਹਦਾ ਤਾਂ ਭਾਜੀ ਜਦੋਂ ਆਪਾਂ ਜਾਂਦੇ ਆ ਇਹਨੂੰ ਇਹਦੀ ਮਾਂ ਮੇਰੇ ਵੱਲ ਆ ਜਾਂਦੀ ਆ ਤੇ ਬੜਾ ਕੁੱਟਿਆ ਹੁੰਦਾ ਇਹਨੂੰ ਰਗੜਾ ਰਗੜਾ ਲਾਈਆਂ ਹੁੰਦੀਆਂ ਤੇ ਮੈਨੂੰ ਚੱਕੀ ਲੈ ਜਾਂਦੇ ਉੱਥੇ ਨਹੀਂ ਇਹਨਾਂ ਦੀ ਸੁਣਾਈ ਹੁੰਦੀ ਅੱਛਾ ਬੜਾ ਮਾਰਦੇ ਇਹਨੂੰ ਫੇਰ ਹੀ ਗਵਾਂਢ ਨੇ ਜਠਾਣੀ ਉਹ ਪੰਮੀ ਉਹ ਬੜਾ ਭੱਜ ਕੇ ਆ ਜਾਂਦੀ ਆ ਉਹ ਸਾਡੇ ਨਾਲ ਵੀ ਬੋਲਦੀ ਮਗਰ ਜਿਵੇਂ ਤੁਸੀਂ ਕਹਿੰਦੇ ਇਹਨੂੰ ਨਸ਼ਾ ਜਿਹੜਾ ਦਿੰਦੇ ਆ ਕਰਦੇ ਜੇ ਕਾਨੂੰ ਕੁਛ ਹੋਏਗਾ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਇਹਦੇ ਜ਼ਿੰਮੇਵਾਰ ਹੋਣਗੇ ਮਗਰ ਜਿਵੇਂ ਇਹਨਾਂ ਦੀ ਮਾਂ ਦੁਖੀ ਹੈਗੀ ਹੈ ਵੇਖੋ ਆਪਣੀ ਧੀ ਨੂੰ ਕਿੰਨਾ ਜਿਹੜਾ ਕੇਵ ਕਰਦੇ ਬੱਚੇ ਵੀ ਹੈਗੇ ਆ ਇਹ ਕਿੰਨਾ ਕੋਈ ਕਰ ਚੁੱਕੀ ਇੱਕ ਬੜਾ ਕੋਈ ਡੇਟ ਹੈ ਹੁਣ ਵੀ ਇਹਦੇ ਕੋਈ ਇਹਨੂੰ ਕਹਿੰਦੇ ਆ ਮੈਨੂੰ ਆਹ ਲਿਆ ਕੇ ਦੇ ਆਹ ਲਿਆ ਕੇ ਦੇ ਇਹ ਕਿੱਥੋਂ ਲਿਆ ਕੇ ਦੇ ਆਪਣੇ ਬੱਚੇ ਪਾਲਣ ਕੀ ਕਰੇ ਕਰੇ ਆਪਣੇ ਆਪਣੇ ਬੱਚੇ ਪਾਲੇਗੇ ਕੀ ਕਰੇ ਵਿਚਾਰੀ ਸਾਡੇ ਸਾਹਮਣੇ ਇੰਨਾ ਸਮਾਨ ਲੈ ਕੇ ਦਿੰਦੀ ਹੈ ਇਹ ਆ ਦਿੰਦਾ ਜਾਂ ਆਪਣੀ ਮਾਂ ਕੋਲ ਲੈ ਆ ਖਵਾ ਉਹਨਾਂ ਨੂੰ ਦਿੰਦਾ ਪਰਚਾਈਆਂ ਉਹ 20 ਸਾਲ ਡੇਢ ਸਾਲ ਇਹਨੇ ਸਮਾਨ ਇਹਨਾਂ ਲਿਆ ਕੇ ਦਿੱਤਾ ਇਹਨੇ ਸਭ ਕੁਝ ਦਿੱਤਾ ਜਿੰਨਾ ਇਹ ਖਰਚਾ ਦਿੰਦੇ ਰਹੇ ਸਹੀ ਦੇ ਆ ਹੁਣ ਖਰਚਾ ਦੇਣਾ ਬੰਦ ਕਰਤਾ ਤੇ ਮਾਰਨਾ ਕੁੱਟਣਾ ਚਾਲੂ ਕਰਤਾ ਜੇ ਵਿਆਹ ਕਿਉਂ ਕੀਤਾ ਨੇ ਜੋ ਇਹਨੇ ਕਿਹਾ ਮੈਂ ਪਰਿਵਾਰ ਸਾਰਾ ਸੰਭਾਲਾਂਗਾ ਦੋ ਬੱਚੇ ਹੀ ਮੈਂ ਸੰਭਾਲਾਂਗਾ ਹੁਣ ਕਿਉਂ ਕੀ ਹੋਇਆ
ਜਦੋਂ ਵੇਖੋ ਜੀ ਆਪਾਂ ਇਹਨੇ ਕੁੜੀ ਨੇ ਜਾਂਦੀ ਆਉਂਦੀ ਸੀ ਇਹ ਵੀ ਆਉਂਦਾ ਸੀ ਜਦੋਂ ਅਸੀਂ ਕਿਹਾ ਉਹ ਕਹਿੰਦਾ ਮੈਂ ਬੱਚੇ ਵੀ ਸਾਂਭੂੰਗਾ ਇਹਨੂੰ ਵੀ ਸਾਂਭੂੰਗਾ ਹੁਣ ਕੀ ਇਹਨੂੰ ਹੋ ਗਿਆ ਹੁਣ ਸਾਰਾ ਕੁਛ ਦਿੰਦਾ ਵੇ ਤਾਂ ਘਰ ਵੀ ਭਰਿਆ ਨਿਕਾਂ ਨੇ ਕਰਕੇ ਵੇਖ ਲਓ ਹੈ ਸਾਰਾ ਕੁਛ ਦਿੰਦੀ ਹੈ ਵਿਚਾਰੀ ਵੀ ਮੇਰੀ ਧੀ ਦੁਖੀ ਨਾ ਆਵੇ ਤੇ ਬੱਚਿਆਂ ਨੂੰ ਵੀ ਮਾਰਦਾ ਕੁੱਟਦਾ ਪੰਮੀ ਆਉਂਦੀ ਮੰਮੀ ਆਉਂਦੀ ਮੈਂ ਬੱਚੇ ਨਹੀਂ ਰੱਖਣੇ ਰਹਿਣ ਦੇਣੇ ਇੱਥੇ ਇਹਨਾਂ ਦੇ ਇਹ ਸਾਡੇ ਸਰੀਕ ਆ ਵੇਖੋ ਜੀ ਪਹਿਲਾਂ ਤੇ ਗੱਲਾਂ ਸਾਰੀਆਂ ਹੋਈਆਂ ਤੇ ਹੁਣ ਕਿਉਂ ਮੁੱਕਰਦੇ ਮਗਰ ਜਿਵੇਂ ਆ ਦੇਖੋ ਨਿੱਕੀ ਗੱਲ ਦਾ ਮੈਨੂੰ ਹੋਰ ਪਤਾ ਲੱਗਿਆ ਹੈਗਾ ਜਿਵੇਂ ਦੇਖੋ ਜੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਚਲੋ ਨਸ਼ਾ ਨੁਸ਼ਾ ਦੇ ਕੇ ਕੁਛ ਵੀ ਕੱਲ੍ਹ ਨੂੰ ਕਹਿੰਦੇ ਬੱਚੇ ਦਾ ਵੀ ਮਾਰ ਦੇਗਾ ਕਰ ਦੇਗਾ ਇਹਦਾ ਜ਼ਿੰਮੇਵਾਰ ਇਹ ਪਰਿਵਾਰ ਹੋਏਗਾ ਕਿ ਸਰਕਾਰ ਹੋਏਗੀ ਸਰਕਾਰ ਹੋਏਗੀ ਜਿਹੜੇ ਸੁਣਦੇ ਨਹੀਂ ਦਵਾਈ ਖਾ ਲਈ ਸਾਲੀ ਸਾਨੂੰ ਇੱਥੋਂ ਖੂਨ ਆਇਆ ਕੁੜੀ ਨੇ ਦਵਾਈ ਖਾ ਲਈ ਇਹਦੀ ਮਾਂ ਮੇਰੇ ਘਰ ਇਹਨੇ ਖਵਾਈ ਅਤੇ ਪੰਮੀ ਹੋਣਾਂ ਨੇ ਫਿਰ ਇਹਦੀ ਮਾਂ ਮੇਰੇ ਵੱਲ ਭੱਜੀ ਗਈ ਮੇਰੀ ਧੀ ਮਰ ਗਈ ਤੇ ਮੇਰੀ ਧੀ ਮਰ ਗਈ ਸਾਰਾ ਮਹੱਲਾ ਇਕੱਠਾ ਹੋ ਕੇ ਸਾਰਾ ਇਲਾਜ ਇਹਨਾਂ ਨੇ ਕਰਾਇਆ ਹਾਂਜੀ ਇਹਨਾਂ ਇਲਾਜ ਕਰਾਇਆ ਜੇ ਨਾ ਕਰਾਉਂਦੇ ਤੇ ਬਚਣਾ ਨਹੀਂ ਸੀ ਜੇ ਨਾ ਇਲਾਜ ਕਰਾਉਂਦੀ ਇਹਨੇ ਬਚਣਾ ਨਹੀਂ ਸੀ ਹੁਣ ਸਰਕਾਰ ਕੋ ਕੀ ਮੰਗ ਕਰ ਸਜ਼ਾ ਹੋਣੀ ਚਾਹੀਦੀ ਆ ਜੇ ਥਾਣੇ ਜਾਂਦੇ ਆ ਤਾਂ ਸੁਣਦੇ ਨਹੀਂ ਕਦੀ ਅੰਦਰ ਜਾਂਦੇ ਕਦੀ ਬਾਹਰ ਜਾਂਦੇ ਪੈਸੇ ਫਾਲਦੇ ਦਿੱਤੇ ਮਾਂ ਨਾਲ ਗੱਲ ਕਰਾਂਗੇ ਜਿਹੜੀ ਕੁੜੀ ਵਿਆਹੀ ਹੋਈ ਹੈ ਬੜੀ ਦੁਖੀ ਹੋਈ ਹੈ ਵੇਖੋ ਕੀ ਹਾਲਾਤ ਹੈਗੇ ਨੇ ਵਿਚਾਰੀ ਰੋ ਰੋ ਕੇ ਦੱਸਦੀ ਪਈ ਹੈ ਮੇਰੀ ਧੀ ਦਾ ਹਾਲਾਤ ਕਰਦੇ ਮਾਰਦੇ ਕੁੱਟਦੇ ਨੇ ਹੁਣ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਜੀ ਤੁਹਾਡਾ ਨਾਂ ਕੀ ਜੀ ਹਾਂਜੀ ਕੀ ਗੱਲ ਹੋਈ ਹੈ ਜਦੋਂ ਦੀ ਮੇਰੀ ਧੀ ਵਿਆਹੀ ਆ ਜਦੋਂ ਮੈਂ ਆਪਣਾ ਕੁੜੀ ਨੂੰ ਰਾਸ਼ਨ ਪਾਣੀ ਦਿੰਦੀ ਉਦੋਂ ਮੈਂ ਚੰਗੀ ਲੱਗਦੀ ਸੀ ਨਾ ਹੁਣ ਮੈਂ ਰਾਸ਼ਨ ਪਾਣੀ ਦੇਣਾ ਬੰਦ ਕਰਦੀ ਤੇ ਫਿਰ ਮੇਰੀ ਧੀ ਨੂੰ ਕੁੱਟ ਜਾ ਜਦੋਂ ਫਿਰ ਲੈ ਕੇ ਜਾਂਦੀ ਮੇਰੀ ਧੀ ਰਾਸ਼ਨ ਪਾਣੀ ਫਿਰ ਚੰਗਾ ਸਮਝਦੇ ਉਦੋਂ ਕਹਿੰਦਾ ਮੇਰੀਆਂ ਭਰਜਾਈਆਂ ਨੂੰ ਵੀ ਰਾਸ਼ਨ ਲੈ ਦਿਓ ਮੇਰੀਆਂ ਪਟਾਨਾਂ ਨੂੰ ਵੀ ਲੈ ਦਿਓ ਸਾਰੇ ਰਾਸ਼ਨ ਲੈ ਲਿਓ ਉਦੋਂ ਮੈਂ ਸਾਰਿਆਂ ਨੂੰ ਚੰਗੀ ਲੱਗਦੀ ਸੀ ਅੱਜ ਮੇਰੀ ਧੀ ਦੁਖੀ ਇੰਨੀ ਹੈ ਇਹਨਾਂ ਨੇ ਕੁੱਟ ਮਾਰ ਕੇ ਰੋਜ਼ ਕੱਢਦੇ ਆ ਰੋਜ਼ ਕਹਿੰਦੇ ਨੇ ਕਦੀ ਆ ਲਿਆ ਆਪਣੀ ਮਾਂ ਕੋ ਕਦੀ ਫਲਾਣੀ ਚੀਜ਼ ਲਿਆ ਦੱਸੋ ਮੈਂ ਕਿੱਥੋਂ ਦਵਾਂ ਮੈਂ ਰੰਡੀ ਚ ਨਾਨੀ ਕਿੱਥੋਂ ਦਾ ਮੈਂ ਰਾਸ਼ਨ ਪਾਣੀ ਰੋਜ਼ ਦੇ ਕਦੀ ਕਹਿੰਦਾ ਆਪਣੀ ਮਾਂ ਕਾ ਗੱਡੀ ਲੈ ਕੇ ਦੇ ਕਦੀ ਕੁਛ ਕਹਿੰਦਾ ਮੈਂ ਰੰਡੀ ਚ ਨਾਨੀ ਕਿੱਥੋਂ ਇੰਨਾ ਸਮਾਨ ਦੇਵਾਂ ਮੇਰੀਆਂ ਚਾਰ ਧੀਆਂ ਮੈਂ ਕਿਹਨੂੰ ਕਹਿੰਦੂ ਦਵਾਂ ਤੇ ਕਿਹਨੂੰ ਕਹਿੰਦੂ ਛੱਡਾਂ ਮੈਨੂੰ ਦੱਸੋ ਪਹਿਲਾਂ ਮੈਨੂੰ ਸਾਫ ਸਾਫ ਦਵੋ ਮੇਰੀ ਧੀ ਨੂੰ ਵੀ ਸਾਫ ਦਵੋ ਜਦੋਂ ਹੁੰਦਾ ਉਹਦਾ ਕੁੱਟ ਮਾਰ ਕੇ ਕਰਦਾ ਕਦੀ ਬਰਨਾਂ ਦੀਆਂ ਗੋਲੀਆਂ ਕਲਾ ਦਿੰਦੇ ਕਦੀ ਕੋਚ ਕਲਾ ਦਿੰਦੇ ਥਾਣੇ ਵਾਲੇ ਤਾਂ ਉਹ ਇੰਨੀ ਬਕਵਾਸ ਕਰਕੇ ਮੇਰੀ ਧੀ ਨੂੰ ਕਦੀ ਕਹਿੰਦੇ ਪਾਗਲ ਆ ਕਦੀ ਕਹਿੰਦੇ ਕੱਢੀ ਆ ਉੱਥੇ ਇੱਥੇ ਤੂੰ ਮਾਂ ਨੂੰ ਨਾ ਲੈ ਕੇ ਮਾਂ ਕਿੱਦਾਂ ਕਦੀ ਧੀ ਭੇਜ ਦੇਗੀ ਮਾਂ ਦਾ ਫਰਜ਼ ਨਹੀਂ ਬਣਦਾ ਜਾਣ ਦਾ ਮਾਂ ਨੇ ਆਉਣਾ ਹੀ ਮਾਂ ਕੋਈ ਆਉਣਾ ਇਹ ਪੁਲਿਸ ਵਾਲੇ ਕਿਵੇਂ ਕਿਵੇਂ ਕਹਿ ਸਕਦੇ ਇਕੱਲੀ ਆ ਇਹਦਾ ਕੀ ਕੰਮ ਹੈ ਉਹਨੂੰ ਕਿਉਂ ਇਕੱਲੀ ਜਾਵੇ ਉਹ ਉਹਨਾਂ ਕੋਲ ਪੈਸੇ ਲੈਣੇ ਤੇ ਮੂੰਹ ਬੰਦ ਕਰ ਕਦੀ ਕਹਿੰਦੇ ਪਾਗਲ ਆ ਇਹ ਪਾਗਲ ਆ ਪਹਿਲਾਂ ਦੱਸੋ ਮੈਨੂੰ ਜਿਹਨੇ ਦੋ ਬੱਚੇ ਪਾਲੇ ਆ ਜਿਹਨੇ ਪਰਿਵਾਰ ਸੰਭਾਲਿਆ ਘਰ ਜਾ ਕੇ ਜੇਕਰ ਇੰਨਾ ਪਰਿਵਾਰ ਨੇ ਘਰ ਦੇ ਵਿੱਚ ਇੰਨਾ ਸਮਾਨ ਰੱਖਿਆ ਪਿਆ ਇੰਨਾ ਸਵਾਦ ਲਈ ਕੱਪੜਾ ਜਿੱਦਾਂ ਧੋ ਕੇ ਦਿੰਦੀ ਰੋਟੀ ਪਾਣੀ ਦੇਦੀ ਆ ਉਹ ਰੋਟੀ ਤਾਂ ਨਹੀਂ ਬਣਾ ਕੇ ਦਿੰਦੇ ਇਹ ਹੀ ਬਣਾ ਕੇ ਦਿੰਦੀ ਜਦੋਂ ਸੱਟਾਂ ਲੱਗਦੀਆਂ ਪੇਟਾਂ ਲੱਗਦੀਆਂ ਉਦੋਂ ਤਾਂ ਰਾਤ ਕਾਜਲ ਹੀ ਕੰਮ ਆਉਂਦੀ ਆ ਉਦੋਂ ਤਾਂ ਕਹਿੰਦੀ ਹਾਏ ਕੋਈ ਹਾਏ ਕਾਜਲ ਮੈਂ ਮਰ ਗਿਆ ਮੈਨੂੰ ਲੈ ਲੈ ਕਾਜਲ ਆ ਜਾ ਮਰ ਐਡੀ ਕਾਜਲ ਨੂੰ ਕਿਉਂ ਮਾਰਿਆ ਕੁੱਟੇ ਗਿਆ ਐਡੀ ਜਿਹਦੇ ਦੋ ਬੱਚੇ ਹੀ ਪਹਿਲਾਂ ਵੀ ਇਹਨੇ ਕਿਹਾ ਸੀ ਕਿ ਮੈਂ ਸੰਭਾਲਾਂਗਾ ਮੈਂ ਵਿਆਹ ਕੀਤਾ ਇਹਦੇ ਤਿੰਨ ਚਾਰ ਸਾਲ ਹੋ ਗਏ ਵਿਆਹ ਨੂੰ ਮਗਰ ਆ ਗਏ ਹੁਣ ਤੰਗ ਕਰਨਾ ਪਿਆ ਜਦੋਂ ਪੈਸੇ ਦੇਣੇ ਬੰਦ ਕਰਤੇ ਆ ਕਰ ਦਿੱਤੇ ਕਦੀ ਕਹਿੰਦਾ ਰਾਸ਼ਨ ਲਿਆ ਕਦੀ ਕਹਿੰਦਾ ਸਿਲੰਡਰ ਲਿਆ ਕਦੀ ਕਿੱਥੋਂ ਮੈਂ ਦੇਵਾਂ ਇੰਨਾ ਰੋਜ਼ ਦਿਹਾੜੀ ਮੇਰੀ ਇੱਦਾਂ ਕੱਲ੍ਹ ਚਾਰ ਧੀਆਂ ਤਿੰਨ ਧੀਆਂ ਹੋਰ ਹੋਰ ਮੰਗਣੀਆਂ ਮੈਂ ਆਪਣੇ ਪੁੱਤ ਦਾ ਨਹੀਂ ਸੋਚਣਾ ਮੇਰਾ ਪੁੱਤ ਜਵਾਨ ਨਾਲੇ ਮੇਰੇ ਕਿਹੜੇ ਬੱਚੇ ਕਹਿ ਦਿੰਦਾ ਕਿਉਂ ਉਦੋਂ ਕਿਸੇ ਨੂੰ ਦੱਸਦਾ ਉਦੋਂ ਕਿੱਥੇ ਗਿਆ ਸੀ ਜਦੋਂ ਇਹਨੇ ਬੱਚੇ ਛੱਡ ਕੇ ਜਾਂਦਾ ਰਿਹਾ ਇਹਨੂੰ ਲੈ ਕੇ ਇਕੱਲੀ ਨੂੰ ਉਦੋਂ ਕਿਸੇ ਨੂੰ ਦੱਸਿਆ ਉਦੋਂ ਕਿੱਥੇ ਮਰਿਆ ਹੋਇਆ ਸੀ ਰਾਜੀ ਦੇ ਆਪ ਹੀ ਹੋਇਆ ਨਾ ਆਪ ਹੀ ਇਹਨੇ ਕਿਹਾ ਨਾ ਫਿਰ ਸਾਰੇ ਬੰਦੇ ਵਿੱਚ ਇਹਦਾ ਵਿਆਹ ਹੋਇਆ ਸੀਗੇ ਮਗਰ ਇਹਨੇ ਖੁਦ ਗਿਆ ਸੀ ਮੈਂ ਬੱਚੇ ਸੰਭਾਲਾਂਗਾ ਮਗਰ ਹੁਣ ਕਿਉਂ ਰੁਕਦਾ ਹੁਣ ਕਿਉਂ ਮਿਲਦਾ ਉਹਦਾ ਭਰਜਾਈਆਂ ਵੀ ਚੰਗੀਆਂ ਉਹਦਾ ਭਰਜਾਈਆਂ ਵੀ ਨਾਲ ਰਲੀਆਂ ਹੋਈਆਂ ਸੀ ਹੁਣ ਭਰਜਾਈਆਂ ਨੂੰ ਰਾਸ਼ਨ ਨਹੀਂ ਮਿਲਦਾ ਹੁਣ ਭਰਜਾਈਆਂ ਕਹਿੰਦੀਆਂ ਇਹਨੂੰ ਤੰਗ ਕਰ ਇਹਦਾ ਕੋਈ ਤਲਾਕ ਲੈ ਕਿਉਂ ਤਲਾਕ ਦੇਈਏ ਉਦੋਂ ਤਲਾਕ ਦੇਣ ਵਾਸਤੇ ਨਹੀਂ ਬਾਕੀ ਕੰਮ ਕਿਉਂ ਨਹੀਂ ਕਰਦੇ ਹੈਗੇ ਜ਼ੋਰ ਕਿਉਂ ਨਹੀਂ ਕੰਮ ਕਰਦੇ ਕਿਉਂ ਇਹਦੇ ਪੈਸੇ ਨੇ ਵਿਹਲੇ ਬਲੋਕੰਗੇ ਹੈਗੇ ਆ ਘਰ ਨਸ਼ੇ ਲਵਾਉਂਦੇ ਆ ਟੀਕੇ ਲਵਾਉਂਦੇ ਸਮੈਕਾ ਪਲਾਉਂਦੇ ਲੋਕਾਂ ਨੂੰ ਕਿਹੜੀ ਕੋਈ ਚੀਜ਼ ਪਲਾਉਂਦੇ ਮੇਰੀ ਧੀ ਦੇ ਘਰ ਰਾਤ ਨੂੰ ਭੇਜ ਦਿੰਦਾ ਬਾਰਾਂ ਬਾਰਾਂ ਵਜੇ ਇੱਕ ਇੱਕ ਵਜੇ ਆਉਂਦਾ ਹੈ ਉਂਝ ਸਰਕਾਰ ਕਹਿੰਦੀ ਨਸ਼ੇ ਬੰਦ ਹੋਣੇ ਚਾਹੀਦੇ ਨਸ਼ੇ ਦੇ ਆਪ ਲਗਾਤਾਰ ਕਿੱਥੋਂ ਕਰਾਉਂਦੇ ਜੇ ਇੱਕ ਗੱਲ ਦਾ ਪਤਾ ਕਿ ਤੁਹਾਡੀ ਕੁੜੀ ਨੂੰ ਕਿਹਾ ਕਿ ਗਲਤ ਰਾਹ ਜਾ ਕਹਿੰਦੇ ਆ ਮੇਰੀ ਧੀ ਦੇ ਘਰ ਮੁੰਡੇ ਵਾਰ ਦਿੰਦੇ ਉਹ ਤਾਂ ਅੰਦਰ 10-10 11-11 ਰਾਤ ਨੂੰ 12 ਵਜੇ ਡਿਊਟੀ ਕਰਕੇ ਸੀਵਰ ਚ ਬੜਿਆ ਰਹਿੰਦਾ ਉਹ ਤੇ ਇਹਨੂੰ ਇਹ ਉਹਨੂੰ ਵਾਰ ਦਿੰਦੇ ਅੰਦਰ ਮੁੰਡਿਆਂ ਦੇ ਉਹ ਕੱਲੀ ਕਿਉਂ ਰਵੇ ਤੇ ਫਿਰ
ਘਰ ਵਾਲਾ ਵੀ ਜਿਹੜਾ ਹੈਗਾ ਉਹਨਾਂ ਨੇ ਮਗਰ ਲੱਗ ਕੇ ਮਾਰਦਾ ਘੋੜਾ ਇਹ ਨਸ਼ੇ ਕਰਾਉਂਦੇ ਉਹਨੂੰ ਹੁਣ ਟੀਕੇ ਲਵਾਉਂਦੇ ਉਹਨੂੰ ਗੋਲੀਆਂ ਕਰਾਉਂਦੇ ਕੈਸੇ ਕਰਾਉਂਦੇ ਸਾਡੇ ਕੋਲ ਗੋਲੀਆਂ ਹੀ ਪਈਆਂ ਸਮੈਕ ਤੇ ਪੁੜੀਆਂ ਹੀ ਪਈਆਂ ਜਿਹੜੀਆਂ ਨੇ ਖਾਧੀਆਂ ਉਹ ਕਰਦਾ ਨਸ਼ਾ ਕਰਦਾ ਜਿਹੜਾ ਉਹ ਵੀ ਸਾਡੇ ਕੋਲ ਕਾਗਜ਼ 'ਚ ਪਏ ਆ ਠੀਕ ਸਰਕਾਰ ਕੋ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਆ ਵੀ ਇਹ ਸਾਨੂੰ ਸਰਕਾਰ ਸਾਨੂੰ ਸਚਾਈ ਦੇਵੇ ਸਾਨੂੰ ਇਹਨੂੰ ਕੁੜੀ ਸਾਨੂੰ ਇਨਸਾਫ ਮਿਲੇ ਨਾ ਤਾਂ ਅਸੀਂ ਕੁੜੀ ਦੇ ਜੋ ਕੁੜੀ ਨੂੰ ਕੁਛ ਹੋ ਗਿਆ ਜਾਂ ਸਾਡੇ ਬੱਚਿਆਂ ਨੂੰ ਕੁਛ ਹੋ ਗਿਆ ਇਹ ਸਰਕਾਰ ਜ਼ਿੰਮੇਵਾਰੀ ਹੋਏਗੀ ਨਾਲ ਸਾਡੇ ਦੇ ਇਹਦੇ ਜਿਹੜੇ ਭੈਣ ਭੈਣ ਭਰਾ ਦੋਨੇ ਹੈਗੇ ਆ ਚਾਰੇ ਇਹ ਦਾਇਆ ਬਿੱਟੂ ਸਾਰੇ ਇਹ ਜ਼ਿੰਮੇਵਾਰ ਹੋਣਗੇ ਜਿਹੜੇ ਹੋਰ ਵੀ ਨਸ਼ਾ ਦੇ ਨਾਲ ਕਰਾਉਂਦੇ ਆ ਉਹ ਵੀ ਨਾਲ ਜ਼ਿੰਮੇਦਾਰ ਹੋਣਗੇ ਅਸੀਂ ਨਹੀਂ ਕੁਛ ਵੀ ਲੈਣਾ ਸਾਨੂੰ ਕੁੜੀ ਵਸਣੀ ਚਾਹੀਦੀ ਸਾਡੀ ਕੁੜੀ ਨੂੰ ਸਾਫ਼ ਮਿਲਣਾ ਚਾਹੀਦਾ ਇਹ ਵਿਚਾਰੇ ਕਿੱਥੋਂ ਲਿਆਉਣ ਪੈਸੇ ਮਗਰ ਦੇਖੋ ਜੀ ਦੂਜੀ ਪਾਰਟੀ ਦਾ ਦੇਖੋ ਜੀ ਉਹ ਦੇਖੋ ਜੀ ਆ ਕੇ ਪੈਸਾ ਚੜਾ ਕੇ ਇਹਨਾਂ ਨੂੰ ਇਹਨੂੰ ਗਲਤ ਕਹਿ ਦਿੰਦੇ ਆ ਮਗਰ ਜੇ ਇਹਦੀ ਮਾਂ ਅਤੇ ਕੁੜੀ ਗਈ ਹੈ ਅਤੇ ਉਹਨੂੰ ਵੀ ਸੁਣਾ ਕੇ ਭੇਜਤਾ ਇੱਥੇ ਅੱਜ ਵੀ ਇਹ ਕੁੜੀ ਨੂੰ ਦੇਖੋ ਜੀ ਕੱਲ੍ਹ ਹੋਇਆ ਕਿ ਪੁਲਿਸ ਵਾਲੇ ਆਏ ਆ ਕਹਿ ਗਏ ਨੇ ਜਾਂ ਆਪਣਾ ਕੰਮ ਕਰ ਜਾ ਕੇ ਤੂੰ ਪਾਗਲ ਹੈਗੀਆਂ ਆ ਹੈਗੀਆਂ ਮਗਰ ਜਦੋਂ ਵਿਆਹ ਕੀਤਾ ਉਹ ਪਾਗਲ ਨਹੀਂ ਹੈਗੀ ਸੀ ਪਾਗਲ ਹੁਣ ਕੀਤਾ ਗਿਆ ਜਿਵੇਂ ਨਸ਼ਾ ਕਰਾ ਕੇ ਮਗਰ ਨਸ਼ਾ ਕੌਣ ਕਰਾਉਣ ਡਿਆ ਇਹਨਾਂ ਨੇ ਜ਼ੋਰ ਸੀਗੇ ਘਰ ਵਾਲਾ ਔਰ ਇਹਨਾਂ ਦੀ ਜਿਹੜੀ ਹੈਗੀ ਹੈ ਭਾਬੀ ਉਹ ਕਰਾ ਰਹੀ ਹੈ ਮਗਰ ਇੱਕ ਜ਼ਿੰਦਗੀ ਯਾਦ ਰੱਖੋ ਕਿੰਨੇ ਦੁਖੀ ਹੈਗੇ ਨੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਇਨਸਾਫ ਨਾ ਮਿਲਿਆ ਸਾਨੂੰ ਧੀ ਨੂੰ ਕੁਛ ਹੋ ਗਿਆ ਜ਼ਿੰਮੇਵਾਰ ਇਹ ਜੇ ਹੋਣਗੇ ਇਹਦੇ ਦਿਓਰ ਔਰ ਇਹ ਜਿਹੜੀ ਹੈਗੀ ਹੈ ਪੰਮੀ ਉਹ ਦੁਖੀ ਹੈਗੀ ਮਗਰ ਇੱਕ ਗੱਲ ਪੁਲਿਸ ਨੂੰ ਹੀ ਚਾਹੀਦਾ ਕਾਰਵਾਈ ਕਰਨੀ ਰੀਜਨ ਟਾਕੀ ਗੁਦਾਮ ਮਹੱਲਾ ਬੈਕ ਸਾਈਡ 'ਤੇ ਰਹਿੰਦੇ ਆ ਠੀਕ ਜੀ ਇਹ ਜਿਹੜੀ ਹੈਗੀ ਲੜਕੀ ਇਹ ਵਿਚਾਰੀ ਨੂੰ ਮਾਰ ਕੁੱਟ ਕੇ ਵੇਖੋ ਜੀ ਘਰੋਂ ਕੱਢਿਆ ਹੈ ਸਹੁਰਿਆਂ ਨੇ ਵੀ ਦੇਖੋ ਜੀ ਇੱਕ ਉਹਦਾ ਘਰ ਵਾਲਾ ਹੈਗਾ ਇੱਕ ਉਹਦੇ ਦੋ ਦਿਓਰ ਹੈਗੇ ਆ ਮੈਂ ਇੱਕ ਜੇਠ ਹੈਗਾ ਉਹਨਾਂ ਨੇ ਮਾਰ ਕੁੱਟ ਕੇ ਇਹਨੂੰ ਬਾਹਰ ਕਰਤਾ ਸਿਰਫ ਨਸ਼ਾ ਖਾਂਦੇ ਆ ਨਸ਼ਾ ਵੇਚਦੇ ਆ ਵਗੈਰਾ ਦੇਖੋ ਕੈਸਲ ਤੁਹਾਨੂੰ ਦਿਖਾਉਂਦੇ ਹਾਂ ਵਗੈਰਾ ਦੇਖੋ ਜੀ ਕੁੜੀ ਨੂੰ ਸੱਟਾਂ ਲਾਈਆਂ ਦਿਖਾਉਂਦੇ ਹਾਂ ਵੇਖੋ ਕੀ ਹਾਲਾਤ ਕੀਤਾ ਹੋਇਆ ਕੁੜੀ ਦਾ ਵੇਖੋ ਜੀ ਵੇਖੋ ਕੁੜੀ ਨੂੰ ਵੇਖ ਸਕਦੇ ਹੋ ਕਾਜਲ ਜਿਹੜੀ ਹੈਗੀ ਹੈ ਉਹਨੂੰ ਵੀ ਸੱਟਾਂ ਲਾਈਆਂ ਗਈਆਂ ਮਗਰ ਉਹਨੂੰ ਵੀ ਨਸ਼ਾ ਖਵਾ ਕੇ ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮਗਰ ਦੇਖੋ ਜੀ ਸਮੈਕ ਪੀਂਦਾ ਜਿਹੜਾ ਹੈਗਾ ਇਹਦਾ ਘਰ ਵਾਲਾ ਔਰ ਦੇਵਰ ਜੇਠ ਉਹ ਦੇਖੋ ਜੀ ਚੱਜ ਦੇ ਪੱਖੋਂ ਬੰਦੇ ਲਿਆਉਂਦਾ ਠੀਕ ਹੈ ਉਹਨੂੰ ਦੇਖੋ ਜੀ ਕਹਿੰਦਾ ਤੂੰ ਗਲਤ ਕੰਮ ਕਰ ਕਾਜਲ ਕਹਿੰਦੀ ਮੈਂ ਕੰਮ ਨਹੀਂ ਕਰਦੀ ਉਹ ਕਹਿੰਦੀ ਮੈਂ ਚੰਗੇ ਘਰ ਦੀ ਹੈਗੀ ਹਾਂ ਮਗਰ ਦੋ ਬੱਚੇ ਹੈਗੇ ਆ ਜਿਹੜੇ ਪਹਿਲੇ ਘਰ ਵਾਲੇ ਤੋਂ ਹੈਗੇ ਸੀ ਮਗਰ ਕਹਿੰਦਾ ਮੈਂ ਸੰਭਾਲਾਂਗਾ ਮਗਰ ਜਦੋਂ ਉਹਨੇ ਦੇਖੋ ਜੀ ਬੱਚਿਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹ ਲੈ ਕੇ ਬੱਚੇ ਇੱਥੇ ਆ ਗਈ ਆਪਣੀ ਮਾਂ ਘਰ ਮਾਂ ਬੜੀ ਰੋਈ ਰਿਪੋਰਟ ਲਿਖਾਈ ਤਾਂ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਖੁਦ ਕਿਹਾ ਕਿ ਕਾਜਲ ਪਾਗਲ ਹੈਗੀ ਹੈ ਇਹਨੂੰ ਰਹਿਣ ਦਿਓ ਜੋ ਮਰਜ਼ੀ ਕਰਨ ਦਿਓ ਮਗਰ ਪੁਲਿਸ ਦਾ ਕੰਮ ਨਹੀਂ ਬਣਦਾ ਰਿਪੋਰਟ ਲਿਖਾਉਣੀ ਗੌਰ ਕੋਈ ਵੀ ਕੰਮ ਹੋਏ ਤਾਂ ਭੱਜੇ ਜਾਂਦੇ ਆ ਅਤੇ ਅੱਜ ਜਦੋਂ ਉਹਨਾਂ ਨੇ ਦੱਸਿਆ ਜੇ ਕੈਪਸਲ 'ਤੇ ਚਿੱਟਾ ਵੇਚਦੇ ਆ ਅਤੇ ਆਪ ਲਾਉਂਦੇ ਆ ਅਤੇ ਮਗਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਗੰਦਾ ਕੰਮ ਕਰਦੇ ਜੇ ਕਿਤੇ ਕੈਸਲ ਖਾ ਵੀ ਲਿਆ ਜਿਹੜੇ